ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਏ1 ਟਰਬਨ ਟ੍ਰੇਨਿੰਗ ਸੈਂਟਰ ਦੇ ਅਫੀਸ਼ੀਅਲ ਯੂਟਿਊਬ ਵੈਰੀਫਾਈਡ ਚੈਨਲ ਦੇ ਵਿੱਚ, ਵਰਲਡ ਦਾ ਪਹਿਲਾ ਵੈਰੀਫਾਈਡ ਟਰਬਨ ਟ੍ਰੇਨਿੰਗ ਚੈਨਲ। ਅਤੇ ਅੱਜ ਅਸੀਂ ਆਪ ਜੀ ਲਈ ਲੈ ਕੇ ਆਏ ਹਾਂ ਪਟਿਆਲਾ ਸ਼ਾਹੀ ਪੱਗ ਦੀ ਰਾਈਟ ਸਾਈਡ। ਸੱਜੇ ਪਾਸੇ ਲੜ ਜਿਹੜੇ ਤੁਹਾਨੂੰ ਕਿੱਦਾਂ ਦਿਖਣਗੇ ਉਹ ਅੱਜ ਤੁਹਾਨੂੰ ਦਿਖਾਵਾਂਗੇ, ਐਂਡ ਉਹਨਾਂ ਨੂੰ ਜਿਹੜੇ ਬਣਨ ਦਾ ਢੰਗ ਕੀ ਹੈ, ਅਤੇ ਪੱਲੇ ਤਿਆਰੀ ਕਿੱਦਾਂ ਕਰਨੀ ਬਾਹਰਲੀ ਸਾਈਡ ਤੋਂ, ਅਤੇ ਉੱਪਰੋਂ ਲੜ ਕਿੱਦਾਂ ਸਾਫ਼ ਕਰਨੇ ਨੇ। ਸੋ ਲੈਟਸ ਸਟਾਰਟ ਇਟ। ਅਤੇ ਅੱਜ ਮੇਰੇ ਵੀਰ ਹੈਗੇ ਨੇ ਮੇਰੇ ਕੋਲ ਸਮਾਣੇ ਤੋਂ ਆਏ ਨੇ ਸਪੈਸ਼ਲੀ ਸੰਦੀਪ ਸਿੰਘ ਜੀ, ਅਤੇ ਇਹਨਾਂ ਨੂੰ ਅਸੀਂ ਦਸਤਾਰ ਬੰਨ ਕੇ ਦਿਖਾਵਾਂਗੇ। ਇਹ ਐਕਚੁਅਲੀ ਕਟਿੰਗ ਨੇ, ਮਤਲਬ ਕਿ ਇਹਨਾਂ ਦੀ ਟ੍ਰਿਮਿੰਗ ਹੈਗੀ ਹੈ ਕੇਸਾਂ ਦੀ, ਅਤੇ ਇਹਦੇ 'ਚ ਕਹਿੰਦੇ ਕਿ ਕੋਈ ਸ਼ਰਮਾਉਣ ਵਾਲੀ ਗੱਲ ਨਹੀਂ ਹੈ। ਕਾਫੀ ਪੰਜਾਬ ਦੇ ਮੇਰੇ ਵੀਰ ਹੈਗੇ ਨੇ ਕਿ ਜਿਹੜੇ ਕਟਿੰਗ ਹੁੰਦੇ ਨੇ ਪਰ ਉਹ ਪੱਗ ਬੰਨਣਾ ਚਾਹੁੰਦੇ ਨੇ, ਸੋ ਉਹਨਾਂ ਵਾਸਤੇ ਅਸੀਂ ਇੱਕ ਸਪੈਸ਼ਲ ਪੱਗ ਜਿਹੜੀ ਅੱਜ ਲੈ ਕੇ ਆਏ ਹਾਂ ਪਟਿਆਲਾ ਸ਼ਾਹੀ ਪੱਗ। 6 ਲੜਾਂ ਦੀ ਪੂਰੀ ਖਰਬੂਜਾ ਲੁੱਕ ਦੇ ਵਿੱਚ, ਖਰਬੂਜਾ ਲੁੱਕ ਦੇ ਵਿੱਚ ਤਾਂ ਕਹਿੰਦੇ ਹਾਂ ਕਿਉਂਕਿ ਤੁਹਾਨੂੰ ਅਸੀਂ ਪਹਿਲਾਂ ਪਰਨਾ ਬੰਨ ਕੇ ਦਿਖਾਵਾਂਗੇ ਕਿ ਉਹ ਥੱਲੇ 1.25 ਮੀਟਰ ਦਾ ਪਰਨਾ ਬੰਨ ਕੇ 50 ਬੰਨ ਕੇ ਦੈਨ ਅਸੀਂ ਪੱਗ ਉੱਪਰ ਬੰਨਾਂਗੇ। ਸੋ ਲੈਟਸ ਸਟਾਰਟ ਇਟ। ਅੱਛਾ ਜੀ, ਬੈਠੋ ਸੰਦੀਪ ਸਿੰਘ ਜੀ। ਆਪ ਜੀ ਦੇਖ ਸਕਦੇ ਹੋ ਕਿ ਇਹਨਾਂ ਸਿਰ 'ਤੇ ਕਟਿੰਗ ਹੈਗੀ ਆ, ਅਤੇ ਇਹਨਾਂ ਦੇ ਸਿਰ 'ਤੇ ਅਸੀਂ ਪਹਿਲਾਂ ਪਰਨਾ ਬੰਨਾਂਗੇ, ਦੈਨ ਅਸੀਂ ਪੱਗ ਦੀ ਪੌਣੀ ਕਰਾਂਗੇ। ਠੀਕ ਹੈ ਜੀ, ਕੇਸ ਢੱਕਣੇ ਬਹੁਤ ਜ਼ਿਆਦਾ ਜ਼ਰੂਰੀ ਨੇ। ਇਹ 1.25 ਮੀਟਰ ਦਾ ਪਰਨਾ ਹੈ, ਐਂਡ ਇਹ ਕੱਪੜਾ ਜਿਹੜਾ ਹੈਗਾ F74 ਹੈ, ਸੋ ਦੈਟਸ ਵਾਈ ਅਸੀਂ ਇਹ 1.25 ਮੀਟਰ ਲਿੱਤਾ ਹੈ। ਜੇ ਫੁੱਲ ਬੋਇਲ ਹੁੰਦਾ ਤਾਂ ਅਸੀਂ 1 ਮੀਟਰ ਹੀ ਲੈਣਾ ਸੀ। F74 ਕੱਪੜਾ ਫੁੱਲ ਬੋਇਲ ਤੋਂ ਹਲਕਾ ਹੁੰਦਾ ਹੈ, 1 ਮੀਟਰ ਦਾ ਬਾਰਿਆ ਦਾ ਟ੍ਰਾਇੰਗਲ ਬਣਾਇਆ ਇੱਦਾਂ। ਠੀਕ ਹੈ ਜੀ, ਉੱਪਰ ਦੇਖ ਕੇਸ ਢੱਕਣੇ ਬਹੁਤ ਜ਼ਿਆਦਾ ਜ਼ਰੂਰੀ ਨੇ। ਇਹਦੇ ਨਾਲ ਜਦੋਂ ਤੁਸੀਂ ਪੱਗ ਬੰਨਣ ਤੋਂ ਬਾਅਦ ਜਦੋਂ ਸਿਰ ਢੱਕਦੇ ਹੋ, ਕਹਿੰਦਾ ਮਤਲਬ ਜਿਹੜਾ ਖੀਲਾ ਪੱਲਾ ਹੁੰਦਾ ਹੈ ਉਹਦੇ ਨਾਲ ਉੱਪਰੋਂ ਕੇਸ ਜਿਹੜੇ ਬਾਹਰ ਨਹੀਂ ਆਉਂਦੇ। ਅਸੀਂ ਕਾਫੀ ਮੇਰੇ ਵੀਰਾਂ ਨੂੰ ਦੇਖਿਆ ਕਿ ਉਹ ਉੱਪਰ ਕੱਲੀ 50 ਬੰਨ ਕੇ ਸ਼ੁਰੂ ਕਰ ਦਿੰਦੇ ਨੇ, ਅਸੀਂ ਵੀ ਕਰ ਦਿੰਦੇ ਹਾਂ। ਜਿਹੜੇ ਵੀਰ ਮੇਰੇ ਕਟਿੰਗ ਵਾਲੇ ਸਾਡੇ ਕੋਲ ਪੱਗ ਬਣਾਉਂਦੇ ਨੇ, ਅਸੀਂ ਉਹਨਾਂ ਦੇ ਸਿੱਧਾ ਡਾਇਰੈਕਟਲੀ ਪੱਗ ਬੰਨ ਦਿੰਦੇ ਹਾਂ, ਪਰ ਅਸੀਂ ਪ੍ਰੈਫਰ ਇਹੀ ਕਰਦੇ ਹਾਂ ਕਿ ਥੱਲੇ ਜਿਹੜਾ ਕੇਸ ਕੀ ਬੰਨੋ, ਪਟਕਾ ਬੰਨੋ ਕੋਈ ਨਾ ਕੋਈ, ਦੈਨ ਦਸਤਾਰ ਸਜਾਓ। ਨਾਲੇ ਵੈਸੇ ਵੀ ਇਹਨੂੰ ਬੰਨਣ ਤੋਂ ਬਾਅਦ ਆਦਤ ਪੈ ਜਾਂਦੀ ਹੈ ਕਿ ਸਿਰ ਢੱਕਣਾ ਹੁੰਦਾ ਹੈ। ਠੀਕ ਹੈ ਜੀ, 50 ਬੰਨਾਂਗੇ ਹੁਣ। ਲਓ ਜੀ 50 ਬੰਨ ਲਈ ਆਪਾਂ, ਪਿੱਛੇ ਨੋਟ ਮਾਰਾਂਗੇ, ਸਿੰਪਲ ਨੋਟ, ਸਾਈਡ ਤੋਂ ਫੋਲਡ ਕਰ ਦੇਣਾ। ਹੁਣ ਆਪ ਜੀ ਦੇਖ ਸਕਦੇ ਹੋ ਕਿ ਜਿੰਨਾ ਮੇਰੇ ਵੀਰ ਦਾ ਸਿਰ ਹੈਗਾ ਸੀ ਉਸ ਤੋਂ ਇਹਦਾ ਸਾਈਜ਼ ਜਿਹੜਾ ਥੋੜ੍ਹਾ ਜਿਹਾ ਮਤਲਬ ਕਿ ਸਾਰੇ ਪਾਸੇ ਥੋੜ੍ਹਾ ਵੱਧ ਗਿਆ ਹਲਕਾ ਹਲਕਾ। ਇਹਦੇ ਨਾਲ ਹੀ ਆਪਣੀ ਦਸਤਾਰ ਦੀ ਜਿਹੜੀ ਖਰਬੂਜਾ ਲੁੱਕ ਆਏਗੀ। 50 ਛੋਟੀ ਕਰ ਲੈਣਗੇ ਹਲਕੀ ਜੀ। ਲਓ ਜੀ ਆਪਣਾ ਕਿਨਾਰੀ ਬਿਲਕੁਲ ਸਿੱਧੀ ਮਿਲ ਗਈ, 50 ਦਾ ਸਾਈਜ਼ ਮਿਲ ਗਿਆ, ਇੰਨੀ 50 ਦਿਖੇਗੀ। ਅਤੇ ਸਟਾਰਟਿੰਗ 'ਚ ਅਸੀਂ 2 ਉਂਗਲਾਂ ਰੱਖੀ ਆ, ਅਤੇ ਜਦੋਂ ਅਸੀਂ ਪੱਗ ਬੰਨ ਲਾਂਗੇ ਬਾਅਦ 'ਚ ਉਹਨੂੰ ਅਸੀਂ ਥੋੜ੍ਹੀ ਹੋਰ ਉੱਚੀ ਸ਼ਿਫਟ ਕਰ ਦੇਵਾਂਗੇ। ਸੋ ਵੀਰੇ ਮੇਰੇ ਨਾਲ ਮੇਰੀ ਪੂਣੀ ਕਰਾਓ, ਖਿੱਚ ਲਓ ਪਿੱਛੇ ਲੈ ਜਾਓ। ਲਓ ਜੀ ਪੂਣੀ ਕਰਨ ਦਾ ਵੀ ਆਪ ਜੀ ਦੇਖ ਲਓ, ਖਿੱਚ ਲਓ ਖਿੱਚ ਲਓ, ਬਸ ਕੋਰਨਰ ਖਿੱਚ ਲਓ। ਹਾਂਜੀ ਦੇਖੋ ਜੀ, ਕਾਫੀ ਮੇਰੇ ਵੀਰਾਂ ਨੇ ਕੁਸ਼ਚਨਸ ਮਨ ਦੇ ਵਿੱਚ ਹੁੰਦੇ ਨੇ ਕਿ ਪੱਗ ਜਿਹੜੀ ਬੰਨ ਕੇ ਕਰਨੀ ਹੈ, ਪੌਣੀ ਜਿਹੜੀ ਕਰਨੀ ਹੈ, ਜਾਂ ਕਿਸੇ ਨੂੰ ਫੜਾ ਕੇ ਕਰਨੀ ਹੈ, ਇਹਦਾ ਕੋਈ ਮੇਨ ਰੋਲ ਨਹੀਂ ਹੈਗਾ। ਤੁਹਾਡੇ ਹੱਥ ਵਿੱਚ ਹੀ ਸਾਰਾ ਕੁਝ ਹੁੰਦਾ ਹੈ ਕਿ ਜਿਹੜੀ ਤੁਸੀਂ ਆਪਣੇ ਹੱਥ ਵਿੱਚ ਫੜੀ ਹੋਈ ਹੈ ਇੱਥੇ ਤੁਸੀਂ ਕਿੱਦਾਂ ਮੇਨਟੇਨ ਕਰਨਾ, ਉਹ ਮੇਨ ਕੰਮ ਆ। ਠੀਕ ਹੈ, ਪਹਿਲਾਂ ਮੈਂ ਰਿਵਰਸ ਖੋਲ ਕੇ ਦਿਖਾਉਂਦਾ। ਲਓ ਜੀ ਰਿਵਰਸ ਖੋਲ ਕੇ ਦਿਖਾਇਆ ਤੁਹਾਨੂੰ, ਇੱਦਾਂ ਪੌਣੀ ਹੁੰਦੀ ਆ। ਠੀਕ ਹੈ ਜੀ, ਲਓ ਜੀ ਆਹ ਪੌਣੀ ਹੁੰਦੀ ਜੀ। ਪਹਿਲਾਂ ਅਸੀਂ ਲੈਫਟ ਸਾਈਡ ਤੋਂ ਪਾਵਾਂਗੇ, ਦੈਨ ਰਾਈਟ ਤੋਂ, ਦੋਨੋਂ ਹਲਕੇ ਹਲਕੇ ਰੋਲ ਕਰਦੇ ਹੋਏ ਪਿੱਛੇ ਤੱਕ ਆ ਜਾਣਾ ਹੈ, ਬਿਲਕੁਲ ਕੋਰਨਰ ਤੱਕ। ਉਸ ਤੋਂ ਬਾਅਦ ਇੱਕ ਸਾਈਡ ਇੱਧਰੋਂ ਫੜਾਂਗੇ, ਦੂਜੀ ਸਾਈਡ ਇੱਧਰੋਂ, ਚੜ੍ਹਾਈ ਇਹਦੀ 4 ਉਂਗਲਾਂ ਰੱਖਣੀਆਂ, 4 ਫਿੰਗਰਸ। ਠੀਕ ਹੈ ਜੀ, ਜਿਵੇਂ ਆਪਣਾ ਪੁਰਾਣਾ ਰੂਲ ਹੈਗਾ, ਅਤੇ ਇਹਨੂੰ ਅਸੀਂ ਜ਼ਿਗਜ਼ੈਗ ਕਰਨਾ। ਆਪ ਜੀ ਦੇਖ ਸਕਦੇ ਹੋ ਕਿ ਪਿੱਛੋਂ ਜਿਹੜੇ ਪੱਲੇ ਬਹੁਤ ਸੋਹਣੇ ਬਣ ਚੁੱਕੇ ਨੇ। ਬੈਠੋ ਜੀ, ਪੱਗ ਕਿੰਨੇ ਮੀਟਰ ਦੀ ਹੈ? 7.5। 7.5, ਇਹ ਪੱਗ 7.5 ਮੀਟਰ ਦੀ ਹੈ। ਅਤੇ ਤੁਹਾਡੀ ਏਜ ਕਿੰਨੀ ਹੈ? 38। ਹੁਣ ਦੇਖੋ ਜਿਹੜੇ 30 ਸਾਲ, ਸੋਰੀ, ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਹੁਣ ਵੀਰ ਦੀ ਏਜ ਹੈਗੀ 30 ਈਅਰਸ। ਠੀਕ ਹੈ ਜੀ, ਜਿੰਨੇ ਮੇਰੇ ਵੀਰ 20+ ਹੁੰਦੇ ਨੇ
ਠੀਕ ਹੈ ਜੀ, ਉਹਨਾਂ ਸਾਰਿਆਂ ਦੇ 7.5 ਮੀਟਰ ਦੀ ਪੱਗ ਜਿਹੜੀ ਆ ਪੂਰੀ ਸਹੀ ਆ ਜਾਂਦੀ ਹੈ। ਰਾਈਟ, ਹੁਣ ਆਪ ਜੀ ਦੇਖੋਗੇ ਕਿ ਜਿਹੜੀ ਪਟਿਆਲਾ ਸ਼ਹੀ ਦੀ ਜਿਹੜੀ ਖਰਬੂਜਾ ਲੁੱਕ ਆ ਅਤੇ ਉਹ ਇਹਨਾਂ ਦੇ ਉੱਪਰ ਜਿਹੜਾ ਇਹਨਾਂ ਦੇ ਸਰੀਰ ਦੇ ਉੱਪਰ ਕਹਿੰਦਾ ਮਤਲਬ ਮੇਰੇ ਖਿਆਲ ਨਾਲ ਇਹਨਾਂ ਦਾ ਵੇਟ 70 kg ਹੋਊਗਾ। ਠੀਕ ਹੈ, 70 ਦੇ ਨੀਅਰ ਅਬਾਊਟ ਹੈਗਾ, ਹਾਈਟ ਮੇਰੇ ਤੋਂ ਥੋੜ੍ਹੀ ਜ਼ਿਆਦਾ ਹੈ, ਕਹਿੰਦਾ ਕਿ 5'9" ਦੇ ਕਰੀਬ ਹੈ। ਠੀਕ ਹੈ ਜੀ, ਅਤੇ ਸਿਰ ਦਾ ਸਾਈਜ਼ ਤੁਸੀਂ ਦੇਖ ਲਿਆ ਕਿ ਅਸੀਂ ਵੱਡਾ ਕਰ ਲਿੱਤਾ, ਹੁਣ ਇਹਦੇ ਉੱਪਰ ਖਰਬੂਜਾ ਲੁੱਕ ਬਣਨੀ ਹੈ ਜੀ ਪੱਗ। ਤਾਂ ਕਈ ਮੇਰੇ ਵੀਰ ਕਹਿੰਦੇ ਪੱਗ ਬਹੁਤ ਟੇਢੀ ਲੱਗਦੀ ਹੈ, ਜੇ ਕੁਛ ਜੋ ਵੀ ਲੱਗਦਾ ਨਾ ਉਹ ਸ਼ੀਸ਼ੇ 'ਚ ਲੱਗਦਾ ਹੁੰਦਾ, ਰਿਐਲਿਟੀ ਕੁਛ ਹੋਰ ਹੁੰਦੀ ਹੈ। ਸੋ ਅਸੀਂ ਤੁਹਾਨੂੰ ਬਣ ਕੇ ਦਿਖਾਵਾਂਗੇ ਕਿ ਪਟਿਆਲਾ ਸ਼ਹੀ ਪੱਗ ਜਿਹੜੀ ਪਿਓਰ ਖਰਬੂਜਾ ਲੁੱਕ ਦੇ ਵਿੱਚ ਕਿੱਦਾਂ ਲੱਗਦੀ ਹੈ ਐਂਡ ਕਿੱਦਾਂ ਬੰਨੀ ਜਾਂਦੀ ਹੈ ਅਤੇ ਉੱਪਰੋਂ ਲੜਕੇ ਦਾ ਸਾਫ਼ ਕਰਨੇ ਨੇ। ਲਓ ਜੀ, ਇੰਨਾ ਕੁ ਪਹਿਲਾਂ ਬਾਹਰ ਕੱਢਣਾ ਹੈ, ਇੱਕ ਉਂਗਲ ਹੈ ਇਹ ਮੂੰਹ 'ਚੋਂ, ਪਿੱਛੋਂ ਸੈਂਟਰ 'ਚ ਸਿਰ ਦੀ ਸਾਈਡ ਤੋਂ, ਪੁਰਾਣਾ ਰੂਲ ਯਾਦ ਰੱਖਣਾ ਹੈ, ਸਿਰ ਦੀ ਸਾਈਡ ਤੋਂ ਲੈਣਾ ਬਹੁਤ ਜ਼ਰੂਰੀ ਆ ਕਿਉਂਕਿ ਤੁਹਾਨੂੰ ਦਸਤਾਰ 'ਤੇ ਜਿਹੜਾ ਗ੍ਰਿਪ ਆਏਗਾ ਉਹ ਇਸੇ ਤਰੀਕੇ ਨਾਲ ਹੀ ਆਏਗਾ, ਕਦੀ ਵੀ ਪੱਲਾ ਜਿਹੜਾ ਸੈਂਟਰ 'ਚ ਨਹੀਂ ਲਾਉਣਾ, ਸੈਂਟਰ 'ਚ ਲਗਾਓਗੇ ਤਾਂ ਸਲਿਪ ਹੋ ਜਾਏਗਾ, ਹਮੇਸ਼ਾ ਹਲਕਾ ਜਿਹਾ ਟੇਢਾ ਲਾਉਣਾ ਹੈ ਅਤੇ ਇਹਨੂੰ ਡਬਲ ਕਰਨਾ ਜ਼ਰੂਰੀ ਆ। ਡਬਲ ਕੀਤਾ, ਅੱਧੀ ਅੱਖ ਅੱਧੀ ਗੱਲ ਅੱਧਾ ਕਰਨ, ਬੈਕ ਤੋਂ ਨੀਚੇ ਕਰ ਲੈਣਾ ਹੈ। ਹਾਂਜੀ, ਪੱਲੇ ਦੀ ਬਣਤਰ ਦੇਖੋ, ਇਹ ਪੱਲੇ ਦੀ ਬਣਤਰ ਹੈ, ਖੁੱਲ੍ਹੀ ਸਾਈਡ ਨੀਚੇ, ਬੰਨ ਸਾਈਡ ਉੱਪਰ, ਇਹਨੂੰ ਹਾਫ ਫੋਲਡ ਕਰਨਾ, ਇੱਥੋਂ ਹਾਫ ਫੋਲਡ ਕਰਨਾ ਨਹੀਂ ਹੁੰਦਾ, ਐਕਚੁਲੀ ਪੂਣੀ ਹੁੰਦੀ ਜਿਹੜੀ ਇੱਦਾਂ ਹੁੰਦੀ ਨਾ, ਇਹ ਪੂਣੀ ਆ, ਅੰਦਰਲਾ ਪੱਲਾ ਜਿਹੜਾ ਹੁੰਦਾ ਉੱਪਰ ਕਰ ਦਈਦਾ, ਜਿਹੜਾ ਆਪਣੇ ਫੇਸ ਵਾਲੀ ਸਾਈਡ 'ਤੇ ਆ ਉੱਪਰ ਕਰ ਲਿਆ, ਉੱਪਰੋਂ ਮੋਟਾ ਕਰ ਲਿਆ, ਇਹ ਟੋਪ 'ਤੇ ਲਾਵਾਂਗੇ, ਬਿਲਕੁਲ ਪਿੱਛੋਂ ਨੀਚੇ, ਬਿਲਕੁਲ ਟੋਪ 'ਤੇ, ਬਿਲਕੁਲ ਟੋਪ 'ਤੇ ਲਾਉਣਾ ਜ਼ਰੂਰੀ ਆ ਤਾਂ ਜੋ ਸਾਨੂੰ ਪ੍ਰੋਪਰ ਖਰਬੂਜਾ ਲੁੱਕ ਜਿਹੜੀ ਐਂਡ 'ਤੇ ਮਿਲ ਸਕੇ। ਅਤੇ ਫਸਟ ਲੜ ਦੇ ਵਿੱਚ ਕੰਨ ਜਿਹੜਾ ਕਵਰ ਨਹੀਂ ਕਰਨਾ, ਸੱਜੀ ਅੱਖ ਦੇ ਉੱਪਰ ਪਹਿਲਾ ਪਿੰਚ, ਪਿੰਚ ਜਿਹੜਾ ਹੈ ਉਹ ਜ਼ਰੂਰੀ ਨਹੀਂ ਕਿ ਤੁਸੀਂ ਪਹਿਲੀਆਂ ਦੋ ਉਂਗਲਾਂ ਨੇ ਕਰਨਾ, ਸਾਰੀਆਂ ਉਂਗਲਾਂ ਯੂਜ਼ ਕਰ ਸਕਦੇ ਹੋ। ਲੜਾਂ ਦਾ ਗੈਪ ਇੱਕ ਉਂਗਲ ਰੱਖਾਂਗੇ, ਇਹ ਸਟਾਰਟਿੰਗ 'ਚ ਇੱਕ ਉਂਗਲ ਤੁਸੀਂ ਰੱਖਣਾ ਸ਼ੁਰੂ ਕਰਨਾ, ਇਹ ਆਪਣੇ ਆਪ ਹੀ ਜਿਹੜੀ ਸ਼ੇਪ ਲੈ ਲੈਣਗੇ ਕਿਉਂਕਿ ਅਸੀਂ ਪਟਿਆਲਾ ਸ਼ਹੀ ਪੱਗ ਦੇ ਰੂਲ ਜਿਹੜੇ ਫੋਲੋ ਕਰਨੇ ਨੇ। ਲਓ ਜੀ, ਪੱਲੇ ਦੀ ਬਣਤਰ ਦੇਖੋ, ਪਹਿਲਾਂ ਖੁੱਲ੍ਹੀ ਸਾਈਡ ਨੀਚੇ, ਬੰਨ ਸਾਈਡ ਉੱਪਰ, ਅੰਦਰਲਾ ਪੱਲਾ ਜਿਹੜਾ ਉੱਪਰ ਕਰਤਾ, ਬਾਹਰਲਾ ਪੱਲਾ ਥੱਲੇ ਖਿੱਚ ਲਿਆ, ਟੋਪ 'ਤੇ ਪਹਿਲਾਂ ਲੜਦਾਇਆ ਸੀ, ਉੱਪਰੋਂ ਵੀ ਇੱਕ ਉਂਗਲ ਦਾ ਗੈਪ ਰੱਖ ਕੇ ਲਾਵਾਂਗੇ, ਇਹ ਆਪਣੇ ਵੀ ਬਾਅਦ 'ਚ ਪੋਜੀਸ਼ਨ ਲੈ ਲੈਣਗੇ, ਸਾਫ਼ ਕਰਨਾ ਜ਼ਰੂਰੀ ਹੈ ਇੱਦਾਂ ਹੱਥ ਪਾ ਕੇ। ਪੱਲਾ ਇਕੱਠਾ ਕਰ ਲਿਆ, ਖਿੱਚ ਲਿਆ, ਕੰਨ ਕਵਰ ਕਰਤਾ, ਜਿਹੜਾ ਪੱਲਾ ਅਸੀਂ ਪਹਿਲਾਂ ਲਾਇਆ ਸੀ ਰਾਈਟ ਸਾਈਡ ਦੇ ਅੱਖ ਦੇ ਉੱਪਰ, ਬਿਲਕੁਲ ਠੀਕ ਹੈ ਜੀ, ਹੁਣ ਉਹਨੂੰ ਕਵਰ ਕਰਕੇ ਆਈਬ੍ਰੋ ਅਤੇ ਨੱਕ ਦੇ ਵਿਚਕਾਰ ਅਸੀਂ ਪਿੰਚ ਕੀਤਾ ਹੈ, ਦੇਖੋ ਜੀ ਸਟਾਰਟਿੰਗ ਤੋਂ ਮੈਂ ਇੱਕ ਉਂਗਲ ਦਾ ਗੈਪ ਰੱਖਿਆ ਐਂਡ ਸਾਨੂੰ ਪਤਾ ਹੈ ਕਿ ਅਸੀਂ ਪਟਿਆਲਾ ਸ਼ਹੀ ਪੱਗ ਵੱਲ ਲੈ ਕੇ ਜਾਣੀ ਸ਼ੇਪ ਹੈ ਜੀ, ਸੋ ਅਸੀਂ ਸਟਾਰਟਿੰਗ ਤੋਂ ਇੱਕ ਉਂਗਲ ਰੱਖਿਆ, ਇੱਥੋਂ ਆ ਕੇ ਹਲਕਾ ਵੱਧ ਗਿਆ ਆਪਣੇ ਆਪ ਹੀ, ਇਹ ਵਧਿਆ ਕਿਉਂ ਆ ਤੁਹਾਨੂੰ ਦੱਸਦਾ, ਐਸੀ ਆਪਣੇ ਆਪ ਨਹੀਂ ਵਾਧਾ ਹੁੰਦਾ, ਅਸੀਂ ਪੁਜੀਸ਼ਨ ਦੇਣੀ ਹੁੰਦੀ ਆ, ਹੁਣ ਮੈਨੂੰ ਪਤਾ ਕਿ ਇੱਥੋਂ ਜਿਹੜਾ ਇਕੁਅਲ ਗੈਪ ਜਾਏਗਾ, ਠੀਕ ਹੈ ਜੀ, ਅਤੇ ਇਸ ਜਗ੍ਹਾ 'ਤੇ ਵੀਕਲ ਇਕੁਅਲ ਜਾਣਾ ਚਾਹੀਦਾ, ਮਤਲਬ ਇੱਕ ਇੱਕ ਪੁਜੀਸ਼ਨ ਦੇ ਹਿਸਾਬ ਨਾਲ ਇਕੁਅਲ ਜਾਣਾ ਚਾਹੀਦਾ, ਰਾਈਟ, ਸੋ ਦੈਟਸ ਵਾਈ ਕਹਿੰਦਾ ਮਤਲਬ ਕਿ ਇੱਥੋਂ ਆ ਕੇ ਅਸੀਂ ਹਲਕਾ ਜਿਹੜਾ ਗੈਪ ਜਿਹੜਾ ਵਧਾ ਦਿੱਤਾ ਹੈ ਅਤੇ ਆਪਣਾ ਵੀ ਸਲਿਪ ਹੁੰਦੇ ਹੁੰਦੇ ਪ੍ਰੋਪਰ ਜਿਹੜੇ ਖਰਬੂਜਾ ਸ਼ੇਪ ਦੇ ਵਿੱਚ ਜਾਣਗੇ। ਠੀਕ ਹੈ ਜੀ, ਇੱਕ ਗੱਲ ਹੋਰ ਨੋਟਿਸ ਕਰ ਲਓ ਕਿ ਪਹਿਲੇ ਲੜਦਾ ਅਤੇ ਦੂਜੇ ਲੜਦਾ ਅਤੇ ਤੀਜੇ ਲੜਦਾ ਆਪਸ 'ਚ ਜਿਹੜਾ ਗੈਪ ਸਟਾਰਟਿੰਗ ਤੋਂ ਇੱਥੋਂ ਰੱਖਿਆ ਹੈ ਇਹ ਆਪਣਾ ਸਲਿਪ ਹੋ ਕੇ ਪਿੱਛੇ ਹੋਇਆ ਹੈ। ਠੀਕ ਹੈ ਜੀ, ਕਹਿੰਦਾ ਮਤਲਬ ਕਿ ਇਹਨੂੰ ਇਸ ਜਗ੍ਹਾ 'ਤੇ ਪੋਜੀਸ਼ਨ ਚਾਹੀਦੀ ਸੀ, ਸੋ ਦੈਟਸ ਵਾਈ ਇਹ ਇੱਥੇ ਆਪਣੇ ਆਪ ਹੀ ਸਲਿਪ ਹੋ ਕੇ ਆ ਗਿਆ, ਜੇ ਮੈਂ ਹਲਕਾ ਟੱਚ ਕਰਾਂ ਤਾਂ ਆਪਣੇ ਆਪ ਹੋਰ ਵਧੀ ਜਾਏਗਾ। ਠੀਕ ਹੈ ਜੀ, ਇਹਦਾ ਫਾਇਦਾ ਹੋਏਗਾ ਬਾਅਦ 'ਚੋਂ ਕਿਉਂਕਿ ਪੱਗ ਅਸੀਂ ਟੇਢੀ ਬੰਨੀ ਹੋਈ ਆ, ਜਦੋਂ ਇਹਨੂੰ ਸੈਂਟਰ 'ਚ ਕਰਾਂਗੇ ਤਾਂ ਉੱਪਰ ਲੜ ਖਿੱਚਾਂਗੇ ਤਾਂ ਇਹ ਲੜ ਜਿਹੜਾ ਸੈਂਟਰ 'ਚ ਆ ਜਾਏਗਾ। ਠੀਕ ਹੈ ਜੀ, ਨੈਕਸਟ ਪੱਲਾ ਲਗਾਵਾਂਗੇ, ਚੌਥੇ ਪੱਲੇ ਦੀ ਤੁਹਾਨੂੰ ਸਾਰਿਆਂ ਨੂੰ ਖਾਸੀਅਤ ਪਤਾ ਹੈ ਕਿ ਨੋਜ਼ ਦੇ ਸੈਂਟਰ 'ਤੇ ਲਾਉਣਾ ਅਤੇ ਪਟਿਆਲਾ ਸ਼ਹੀ ਪੱਗ ਦੀ ਸ਼ੇਪ ਬਣਾਉਣੀ ਸ਼ੁਰੂ ਕਰਨੀ ਹੈ। ਬਾਹਰਲਾ ਪੱਲਾ ਥੱਲੇ ਨੂੰ ਖਿੱਚ ਲਿਆ, ਅੰਦਰਲਾ ਪੱਲਾ ਉੱਪਰ ਕਰ ਦਿੱਤਾ, ਮੋਟੀ ਸਾਈਡ ਉੱਪਰ, ਪਤਲੀ ਸਾਈਡ ਨੀਚੇ, ਇਹ ਯਾਦ ਰੱਖਣਾ ਹੈ। ਪੱਲਾ ਹਮੇਸ਼ਾ ਇੱਦਾਂ ਫੜਨਾ ਹੈ, ਉੱਪਰਲੀ ਸਾਈਡ ਉੱਪਰੋਂ ਸਾਈਡ ਤੋਂ ਜਿਹੜੇ ਜਿੱਥੋਂ ਮੋਟਾ ਹੁੰਦਾ ਹੈ। ਠੀਕ ਹੈ ਜੀ, ਹੈਵੀ ਸਾਈਡ ਉੱਪਰ ਫੜਨੀ ਹੈ, ਇਸ ਤਰੀਕੇ ਨਾਲ ਇੱਦਾਂ ਫੜਨਾ ਪੱਲਾ, ਟੋਪ 'ਤੇ ਲਗਾਵਾਂਗੇ, ਸ਼ੇਪ ਦਿੰਦੇ ਹੋਇਆਂ, ਹੱਥ ਸਾਫ਼ ਕਰਦੇ ਹੋਇਆਂ, ਸਫਾਈ ਦੇ ਵਿੱਚ ਪੱਲੇ ਨੂੰ ਲਾਉਣਾ ਹੈ ਬੈਕ ਸਾਈਡ ਤੋਂ, ਅਗੇਨ ਕੰਨ ਕਵਰ ਕਰ ਦੇਣਾ ਪ੍ਰੋਪਰਲੀ, ਜਿੱਥੇ ਪੱਲਾ ਲਾਇਆ ਸੀ ਪਿਛਲੇ ਪੱਲੇ ਨੂੰ ਹਮੇਸ਼ਾ ਹਾਈਡ ਕਰ ਦੇਣਾ ਹੈ, ਇਸ ਵੇ ਨਾਲ ਲੜਦਾਣਾ ਨੋਜ਼ ਦੇ ਸੈਂਟਰ 'ਤੇ, 50 ਚਾਹੇ ਲੁੱਕ ਜਾਏ ਕੋਈ ਪ੍ਰੋਬਲਮ ਨਹੀਂ। ਪਿੰਚ ਦੋ ਵਾਰੀ ਕਰਨਾ ਹੈ, ਪਿੰਚ ਦਾ ਮਤਲਬ ਅੰਗੂਠਾ ਲਾਉਣਾ,
ਠੀਕ ਹੈ ਜੀ, ਕਹਿ ਸਕਦੇ ਹੋ ਚੁੰਡੀ ਲਾਉਣੀ ਕਹਿ ਸਕਦੇ ਹੋ। ਆਪ ਜੀ ਦੇਖ ਸਕਦੇ ਹੋ ਕਿ ਇਹ ਜਗ੍ਹਾ ਤੋਂ ਜਿਹੜਾ ਪਿੰਚਰ ਨੋਜ਼ ਦੇ ਸੈਂਟਰ 'ਤੇ ਆ, ਪਰ ਇਹ ਜਗ੍ਹਾ ਤੋਂ 50 ਟੇਢੀ ਹੈ। ਠੀਕ ਹੈ ਜੀ, ਇਹਦੀ ਕੋਈ ਚਿੰਤਾ ਨਹੀਂ ਕਰਨੀ ਕਿਉਂਕਿ ਬਾਅਦ 'ਚ ਪੱਗ ਅਸੀਂ ਸੈਂਟਰ 'ਚ ਕਰਨੀ ਹੀ ਕਰਨੀ ਹੈ। ਮੋਟੀ ਸਾਈਡ ਉੱਪਰ, ਪਤਲੀ ਸਾਈਡ ਨੀਚੇ ਰੱਖਣੀ ਹੈ। ਸ਼ੇਪ ਨਾਲ ਦੀ ਨਾਲ ਸੈੱਟ ਕਰਦੇ ਹੋਇਆਂ ਪੱਲਾ ਪੂਰਾ ਪ੍ਰੋਪਰਲੀ ਖਿੱਚ ਕੇ ਪਿੰਚ ਥੋੜ੍ਹਾ ਜਿਹਾ ਅੱਗੇ ਲਗਾਵਾਂਗੇ ਤਾਂ ਹੀ ਆਪਣੇ ਆਪਣੀ ਜਿਹੜੀ ਪੋਜੀਸ਼ਨ 'ਤੇ ਆਏਗਾ। ਜੇ ਅਸੀਂ ਪਹਿਲਾਂ ਸੈਂਟਰ 'ਚ ਪਿੰਚ ਲਾਤਾ, ਮਤਲਬ ਪੂਰਾ ਨੋਜ਼ ਦੇ ਸੈਂਟਰ 'ਤੇ ਦੇਖ ਕੇ, ਤਾਂ ਇਸ ਜਗ੍ਹਾ ਤੋਂ ਪੋਜੀਸ਼ਨ ਤੋਂ ਹਟ ਕੇ ਇਹ ਪਿੱਛੇ ਚੱਲ ਜਾਏਗਾ। ਸੋ ਅਸੀਂ ਹਮੇਸ਼ਾ ਜਿਹੜਾ ਪਿੰਚ ਥੋੜ੍ਹਾ ਅੱਗੇ ਕਰਨਾ ਤਾਂ ਕਿ ਉਹ ਆਪਣੀ ਪ੍ਰੋਪਰ ਜਿਹੜੀ ਸੈਂਟਰ ਦੀ ਪੋਜੀਸ਼ਨ 'ਤੇ ਆ ਸਕੇ। ਉਹ ਜਿਵੇਂ ਅਸੀਂ ਚੌਥਾ ਲੜ ਲਾਇਆ ਸੀ ਉਸ ਤਰੀਕੇ ਨਾਲ ਹੁਣ ਪੰਜਵਾਂ ਲੜਦਾਵਾਂਗੇ ਸ਼ੇਪ ਵਾਈਜ਼। ਆਪ ਜੀ ਦੇਖ ਸਕਦੇ ਹੋ ਕਿ ਕੁਛ ਲੜ ਜਿਹੜੇ ਸਲਿੱਪ ਹੋਏ ਨੇ ਇਹ ਹੋਣੇ ਹੀ ਹੁੰਦੇ ਨੇ। ਫੜੋ ਹੈਲੋ, ਹੋਰ ਪੋਜੀਸ਼ਨ ਹਿਲਾ ਦਿੱਤੀ ਇਹਨਾਂ ਦੀ। ਲਓ ਜੀ ਸ਼ੇਪ 'ਚ ਆ ਗਏ ਸਾਰੇ ਬਰਾਬਰ। ਹੋਰ ਸੈੱਟ ਕਰਾਂਗੇ ਅਜੇ, ਪਹਿਲਾਂ ਦਸਤਾਰ ਜਿਹੜੀ ਆਪਣੀ ਕੰਪਲੀਟ ਹੋ ਜੇ। ਇੱਕ ਚੀਜ਼ ਤੁਹਾਨੂੰ ਨਵੀਂ ਦੱਸ ਦਿੰਦੇ ਹਾਂ ਕਿ ਦਸਤਾਰ ਨੂੰ ਅਸੀਂ ਪੰਜਵੇਂ ਲੜ ਦੇ ਵਿੱਚ ਹੀ ਸੈਂਟਰ 'ਚ ਕਰ ਸਕਦੇ ਹਾਂ। ਪੰਜਵਾਂ ਲੜ ਜਿਹੜਾ ਲੱਗ ਚੁੱਕਿਆ ਫਿਫਥ ਲੜ ਦੇ ਲੱਗਣ ਤੋਂ ਬਾਅਦ ਅਸੀਂ ਦਸਤਾਰ ਨੂੰ ਸੈਂਟਰ 'ਚ ਕਰ ਸਕਦੇ ਹਾਂ। ਹੁਣ ਸੈਂਟਰ 'ਚ ਕਰਾਂਗੇ, ਪਹਿਲਾਂ ਟੋਆ ਪਾਇਆ, ਆਹ ਦੇਖੋ ਇੱਦਾਂ ਨੋਜ਼ ਦਾ ਸੈਂਟਰ ਦੇਖਿਆ, ਹਲਕਾ ਪੱਲਾ ਖਿਸਕਾਵਾਂਗੇ। ਪਰ ਪੱਲਾ ਖਿਸਕਾਉਣ ਤੋਂ ਪਹਿਲਾਂ ਇਹ ਜਗ੍ਹਾ ਤੋਂ ਜਿਹੜੇ ਅੱਖ ਦੇ ਮਤਲਬ ਕਿ ਕੰਟਰੋਲ ਬਣਿਆ ਹੋਇਆ, ਠੀਕ ਹੈ ਜੀ, ਇਹਨੂੰ ਹਿਲਾਵਾਂਗੇ ਸੈਂਟਰ 'ਚ ਕਰਾਂਗੇ 50 ਦਾ ਹੱਥ ਰੱਖ ਕੇ। ਲਓ ਜੀ 50 ਨੂੰ ਹੱਥ ਰੱਖਿਆ, ਸੈਂਟਰ 'ਚ ਕੀਤਾ, ਐਂਡ ਦੈਨ ਦੈਟਸ ਇਟ। ਓਕੇ, ਕਈ ਮੇਰੇ ਵੀਰ ਕਹਿੰਦੇ ਨੇ ਕਿ ਦਸਤਾਰ ਦੇ ਸਾਈਡਾਂ 'ਤੇ ਕੱਪੜਾ ਤਿਆਰ ਕਰਕੇ ਗੱਦੀਆਂ ਪਾ ਲਈਏ, ਠੀਕ ਹੈ, ਤਾਂ ਵੀ ਪੱਗ ਮੋਟੀ ਹੋ ਜਾਂਦੀ ਆ। ਹੋ ਜਾਂਦੀ ਆ, ਐਵਰੀਥਿੰਗ ਇਜ਼ ਪੋਸੀਬਲ, ਬਟ ਜਿੰਨਾ ਨੈਚੁਰਲ ਤੁਸੀਂ ਰਹੋਗੇ ਉਨੀ ਚੰਗੀ ਗੱਲ ਆ, ਉਹਨਾਂ ਤੁਹਾਡਾ ਟਾਈਮ ਜਿਹੜਾ ਘੱਟ ਵੇਸਟ ਹੋਏਗਾ। ਠੀਕ ਹੈ, ਸਵੇਰੇ ਸਵੇਰੇ ਜੇ ਤੁਸੀਂ ਜੋਬ ਵਗੈਰਾ ਜਾਣਾ, ਕੰਮ 'ਤੇ ਜਾਣਾ, ਤਾਂ ਪਹਿਲਾਂ ਤੁਸੀਂ ਗੱਦੀਆਂ ਲੱਭੋਗੇ ਕਿ ਪਹਿਲਾਂ ਪੱਗ ਬੰਨੋਗੇ। ਸੋ ਦੈਟਸ ਵਾਈ ਅਸੀਂ ਜਿਹੜਾ ਥੱਲੇ ਦਾ ਪਰਨਾ ਪਾਉਂਦੇ ਹਾਂ ਕਿ ਸਾਨੂੰ ਜਿਹੜੇ ਕੁਛ ਵੀ ਕਰਨ ਦੀ ਲੋੜ ਨਾ ਪਵੇ। ਪੱਲਾ ਚੈੱਕ ਕਰ ਲਈਏ ਕਿ ਪੂਰਾ ਹੈ। ਲਓ ਜੀ ਪੂਰਾ ਕੱਪ ਪੱਲਾ, ਇੱਕ ਉਂਗਲ ਥੱਲੇ ਰੱਖਿਆ ਸੀ, ਇੱਕ ਉਂਗਲ ਉੱਪਰ ਆਪਣਾ ਜਿਹੜਾ ਉੱਪਰ ਪੂਰਾ ਸਹੀ ਤਰੀਕੇ ਨਾਲ ਬਚ ਗਿਆ, ਈਵਨ ਉਸ ਤੋਂ ਥੋੜ੍ਹਾ ਵੱਧ ਹੀ ਬਚੇਗਾ ਲੋੜ ਨਹੀਂ ਫੜਨ ਦੀ। ਪੰਜਵੇਂ ਲੜ 'ਤੇ ਆ ਕੇ ਅਸੀਂ ਪੱਲਾ ਜਿਹੜਾ ਮੁੱਚ ਛੱਡਤਾ, ਜਿਹੜਾ ਅਸੀਂ ਆਮ ਆਪਣੀ ਪੱਗ ਬੰਨਦੇ ਹਾਂ ਤਾਂ ਪੱਲਾ ਮੁੱਚ ਫੜੀਦਾ, ਅਤੇ ਵੀਰ ਦੇ ਬੰਨਦੇ ਪਏ ਤਾਂ ਹੱਥ ਫੜਾਇਆ ਸੀਗਾ। ਆਹ ਦੇਖੋ ਪੰਜਵਾਂ ਲੜ ਜਿਹੜਾ, ਸੋਰੀ ਛੇਵਾਂ ਲੜ, ਪੰਜਵਾਂ ਲੜ ਜਿਹੜਾ ਰਾਈਟ ਸਾਈਡ ਤੋਂ, ਛੇਵਾਂ ਲੜ ਜਿਹੜਾ ਖੱਬੀ ਸਾਈਡ ਤੋਂ, ਲੈਫਟ ਸਾਈਡ ਤੋਂ। ਅੱਛਾ ਜੀ, ਇਹ ਜਿਹੜਾ ਪੱਲਾ ਹੁਣ ਮੈਸਡ ਅਪ ਹੋ ਗਿਆ, ਆਪਾਂ ਇਹਦੇ 'ਚ ਕੀ ਕਰਾਂਗੇ, ਪਹਿਲਾਂ ਟੋਪ ਲੇਅਰ ਫੜਾਂਗੇ ਉੱਪਰ ਵਾਲੀ, ਪੂਣੀ ਭਾਵੇਂ ਖੁੱਲ੍ਹੀ ਹੋਈ ਹੈ ਕੋਈ ਪ੍ਰੋਬਲਮ ਨਹੀਂ, ਠੀਕ ਹੈ ਜੀ, ਇੱਦਾਂ ਫੜਾਂਗੇ। ਆਹ ਟੋਪ ਲੇਅਰ ਆ ਗਈ, ਇਹ ਦੇਖੋ ਆਪਣੇ ਆਪ ਹੀ ਪੂਣੀ ਵਾਲੇ ਵੇ ਨਾਲ ਘੁੰਮੀ ਹੋਈ ਹੈ ਉੱਪਰੋਂ, ਠੀਕ ਹੈ ਜੀ, ਉੱਪਰੋਂ ਬੰਨ ਸਾਈਡ ਆਈ ਹੋਈ ਹੈ। ਆਹ ਜਿੰਨਾ ਵੀ ਪੱਲਾ ਹੈਗਾ ਇਕੱਠਾ ਕਰਕੇ ਅੰਦਰ ਫੋਲਡ ਕਰ ਦੇਵਾਂਗੇ, ਐਂਡ ਦੈਨ ਉੱਪਰੋਂ ਪੱਲਾ ਫੜਿਆ, ਹੋਰ ਫੋਲਡ ਕਰਤਾ, ਪਿੱਛੋਂ ਸੈੱਟ ਕਰ ਦਿਆਉਣਾ। ਖਿੱਚਿਆ, ਸੈੱਟ ਕੀਤਾ, ਆਈਬ੍ਰੋਜ਼ ਬਰਾਬਰ ਕੀਤੇ, ਸੈਂਟਰ ਤੋਂ ਥੋੜ੍ਹਾ ਜਿਹਾ ਅੱਗੇ ਪਿੰਚ ਲਾਵਾਂਗੇ, ਇਹ ਆਪਣੇ ਆਪ ਹੀ ਸੈਂਟਰ 'ਚ ਆ ਜਾਏਗਾ। ਟੋਪ 'ਤੇ ਲੈਣਾ, ਆ ਫੜਿਓ,
ਹੁਣ ਇਹ ਦਸਤਾਰ ਜਿਹੜੀ ਹੈ ਕਾਫੀ ਹੱਦ ਤੱਕ ਖਰਬੂਜਾ ਲੁੱਕ 'ਚ ਆ ਚੁੱਕੀ ਹੈ। ਸੈਂਟਰ 'ਚ ਲਾਵਾਂਗੇ, ਸੈੱਟ ਕਰਾਂਗੇ। ਲਓ ਜੀ, ਖਰਬੂਜਾ ਲੁੱਕ ਦੇ ਵਿੱਚ ਪੱਗ ਬਣ ਚੁੱਕੀ ਹੈ। ਐਂਡ ਇਹਨੂੰ ਅਸੀਂ ਹੋਰ ਜ਼ਿਆਦਾ ਸੈਂਟਰ 'ਚ ਕਰਾਂਗੇ, ਦੋਨੋਂ ਆਈਬ੍ਰੋਜ਼ ਬਰਾਬਰ ਕਰਾਂਗੇ, ਅੱਖਾਂ ਜਿਹੜੀ ਪੱਗ ਜਿਹੜੀ ਘੁੱਟਦੀ ਪਈ ਆ ਉਹ ਠੀਕ ਕਰਾਂਗੇ, ਕੰਨ ਸਿੱਧੇ ਕਰਾਂਗੇ ਐਂਡ ਪੱਗ ਹਲਕੀ ਜਿਹੀ ਬਾਹਰ ਕੱਢਾਂਗੇ। ਠੀਕ ਹੈ ਜੀ, ਪਹਿਲਾਂ ਤਾਂ ਅੱਖਾਂ ਸੈੱਟ ਕਰੀਏ ਚੁੱਕਤਾ। ਲਓ ਜੀ, ਬਾਜ਼ ਮਾਰ ਕੇ ਪੱਲਾ ਸੈੱਟ ਕਰ ਲਿਆ, ਇੱਧਰੋਂ ਵੀ। ਹਾਂ, 50 ਛੋਟੀ ਵੀ ਕਰਨੀ ਆਪਾਂ, 50 ਛੋਟੀ ਕਰ ਲਾਂਗੇ ਸਾਈਡਾਂ ਨੂੰ ਚੱਕ ਕੇ। ਸੈਂਟਰ 'ਚ ਬਿਲਕੁਲ ਨਹੀਂ ਚੱਕਣੀ, ਕਿਉਂਕਿ ਸੈਂਟਰ 'ਚ 50 ਚੱਕਦੇ ਹੋਇਆਂ ਕਈ ਵਾਰੀ 50 ਫੜ ਸਕਦੀ ਹੈ ਅਤੇ ਉਹਦਾ ਫਿਰ ਬਾਅਦ 'ਚ ਕੋਈ ਹੱਲ ਨਹੀਂ ਹੈਗਾ, ਸਿਵਾਏ ਇੱਕ ਹੱਲ ਤੋਂ ਜਿਹੜੀ ਸਾਡੀ ਹੈਗੀ ਹੈ ਮੈਜਿਕ ਟ੍ਰਿਕ ਵੀਡੀਓ। ਉਹ ਤੁਹਾਨੂੰ ਪਤਾ ਹੀ ਹੈ ਕਿਹੜੀ ਵੀਡੀਓ ਹੈ। ਇਸ ਟਾਈਮ ਜਿਹੜੇ ਮੇਰੇ ਵੀਰ ਜਿਹੜੇ ਕਮੈਂਟਸ ਕਰ ਰਹੇ ਨੇ, ਰਿਪਲਾਈ ਕਰ ਰਹੇ ਨੇ, ਉਹਨਾਂ ਦਾ ਜਵਾਬ ਅਸੀਂ ਦੇ ਨਹੀਂ ਸਕਦੇ। ਤੁਹਾਨੂੰ ਪਤਾ ਹੈ ਕਿ ਮੇਰਾ ਜਿਹੜਾ ਫੇਸ ਹੈ ਸਕਰੀਨ ਵੱਲ ਹੈ ਨਹੀਂ, ਸੋ ਤੁਸੀਂ ਇਸ ਟਾਈਮ ਜਿਹੜਾ ਸਾਡਾ ਲਾਈਵ ਜਿਹੜਾ ਇੰਜੋਏ ਕਰੋ, ਉਹ ਜ਼ਿਆਦਾ ਬੈਟਰ ਹੈ। ਹਾਂ, ਇੰਨਾ ਹੈ ਕਿ ਜਿਹੜੀ ਸਾਡੀ ਜਿੰਨੀਆਂ ਵੀਡੀਓਜ਼ ਹੁੰਦੀਆਂ ਨੇ ਉਹਨਾਂ ਨੂੰ ਹੈੱਡਫੋਨ ਲਗਾ ਕੇ ਜ਼ਰੂਰ ਸੁਣਿਆ ਕਰੋ ਐਂਡ ਪੂਰੀ ਐਂਡ ਤੱਕ ਦੇਖਿਆ ਕਰੋ, ਕਿਉਂਕਿ ਕਾਫੀ ਚੀਜ਼ਾਂ ਜਿਹੜੀਆਂ ਨੇ ਰਹਿ ਜਾਂਦੀਆਂ ਨੇ। ਇਹ ਸਮਝ ਲਓ ਕਿ ਜਿੰਨੇ ਸਾਡੇ ਵਿਊਅਰਸ ਨੇ ਉਹ 'ਚੋਂ 40% ਪੀਪਲ ਸਾਨੂੰ ਜਿਹੜੇ ਇਹੋ ਜਿਹੇ ਕੁਸ਼ਚਨ ਪੁੱਟ ਕਰ ਦਿੰਦੇ ਨੇ ਜਿਹੜੇ ਅਸੀਂ ਵੀਡੀਓ ਦੇ ਵਿੱਚ ਐਂਡ 'ਤੇ ਦੱਸੇ ਹੁੰਦੇ ਨੇ, ਅਤੇ ਉਹਨਾਂ ਸਾਰੀ ਵੀਡੀਓ ਦੇਖੀ ਵੀ ਨਹੀਂ ਹੁੰਦੀ। ਈਵਨ ਫਸਟ ਪਾਰਟ ਵੀ ਦੇਖਿਆ ਹੁੰਦਾ, ਸੈਂਟਰ ਵਾਲੇ ਸਿਰਫ ਪਹਿਲੇ 5 ਮਿੰਟ ਛੱਡਤੇ, ਐਂਡਲੇ 5 ਮਿੰਟ ਛੱਡਤੇ, ਵਿਚਕਾਰਲਾ ਪੋਰਸ਼ਨ ਦੇਖ ਲਿਆ ਅਤੇ ਕੁਸ਼ਚਨ ਪੁੱਟ ਕਰਤਾ ਕਿ ਸੇਟਕਣਾ ਸਿਖਾਇਆ ਨਹੀਂ। ਠੀਕ ਹੈ, ਪਰ ਇਹ ਕਿ ਸੇਟਕਣਾ ਹੀ ਸਾਰਾ ਕੁਝ ਸਿਖਾਇਆ ਹੁੰਦਾ ਅਤੇ ਉਹਨੂੰ ਦੇਖਿਆ ਜ਼ਰੂਰ ਕਰੋ। ਲਓ ਜੀ, ਦਸਤਾਰ ਆਪਣੀ ਰੈਡੀ ਹੈ, ਲਾਸਟ ਪੱਲਾ ਲਾਵਾਂਗੇ। ਨੋਜ਼ ਦੇ ਸੈਂਟਰ 'ਤੇ ਪਿੰਨ ਲਾਉਣੀ ਹੈ, ਪਿੰਨ ਈਵਨ ਥੋੜ੍ਹੀ ਜਿਹੀ ਅਸੀਂ ਅੱਗੇ ਲਗਾ ਸਕਦੇ ਹਾਂ, ਕਿਉਂਕਿ ਜਦੋਂ ਅਸੀਂ ਪੱਲਾ ਲਗਾਵਾਂਗੇ ਤਾਂ ਇਹਦੇ ਫੋਰਸ ਲੱਗਣ ਦੇ ਨਾਲ ਇਹ ਆਪਣੇ ਵੀ ਥੋੜ੍ਹਾ ਜਿਹਾ ਸੈਂਟਰ 'ਚ ਜਾਊਗਾ। ਠੀਕ ਹੈ ਜੀ, ਕੰਫਰਟੇਬਲ? ਹਾਂਜੀ ਹਾਂ, ਬਿਲਕੁਲ ਠੀਕ ਹੈ। ਪੱਲਾ ਖੋਲ੍ਹ ਕੇ ਉੱਪਰੋਂ ਫੋਲਡ ਕਰ ਲਿਆ, ਇੱਦਾਂ ਉੱਪਰੋਂ ਫੋਲਡ ਕਰਨਾ ਜ਼ਰੂਰੀ ਹੈ ਕਿਉਂਕਿ ਅਸੀਂ ਉੱਪਰੋਂ ਇਸ ਜਗ੍ਹਾ ਤੋਂ ਧਾਰੀ ਲੈ ਕੇ ਜਾਣੀ ਹੈ। ਥੱਲੇ ਫੋਲਡ ਕਰਤਾ, ਦੋਨੋਂ ਪਾਸੇ ਫੋਲਡ ਕਰਕੇ ਪੱਲੇ ਨੂੰ, ਇੱਦਾਂ ਦੇਖਣਾ ਥੋੜ੍ਹਾ ਜਿਹਾ। ਹਾਂਜੀ, ਹੱਥ ਫੇਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਇਹ ਇੱਕ ਪ੍ਰੈਸ ਦਾ ਕੰਮ ਕਰਦਾ। ਬਿਲਕੁਲ ਨੋਜ਼ ਦੇ ਸੈਂਟਰ 'ਤੇ ਆ ਕੇ ਤੁਸੀਂ ਆਪਣੇ ਖੱਬੇ ਹੱਥ ਨਾਲ ਮੁੜਨਾ ਆਪਣੀ ਪੱਗ ਦੇ ਵਿੱਚ, ਕਾਫੀ ਵੀਰ ਮੇਰੇ ਕਨਫਿਊਜ਼ ਹੋ ਜਾਂਦੇ ਨੇ ਜਦੋਂ ਕਹਿੰਦੇ ਨੇ ਕਿ ਜਿਹੜੇ ਲੜਨੇ ਕਿਹੜੀ ਸਾਈਡ 'ਤੇ ਹੁੰਦੇ ਨੇ, ਸੋ ਇਟਸ ਮੱਚ ਬੈਟਰ ਕਿ ਜੇ ਤੁਸੀਂ ਆਪਣੀ ਮੋਬਾਈਲ ਦੀ ਸਕਰੀਨ ਸ਼ੀਸ਼ੇ ਵੱਲ ਘੁੰਮਾ ਕੇ ਸਾਰੀ ਵੀਡੀਓ ਦੇਖਿਆ ਕਰੋ, ਤੁਹਾਨੂੰ ਫਿਰ ਪਤਾ ਲੱਗ ਜਾਏਗਾ ਕਿ ਕਿਹੜੀ ਸਾਈਡ 'ਤੇ ਲੜ ਆਉਂਦੇ ਨੇ ਐਂਡ ਕਿਹੜੀ ਸਾਈਡ ਤੋਂ ਕਿਹੜਾ ਪੱਲਾ ਅਤੇ ਕਿਹੜੇ ਹੱਥ ਨੂੰ ਕਿਹੜੀ ਜਗ੍ਹਾ 'ਤੇ ਪਾਉਣਾ ਹੈ, ਕਿਹੜੀ ਪੋਜੀਸ਼ਨ ਹੈ, ਕਿਸ ਵੇ ਨਾਲ ਲਾਉਣਾ ਉਹਨੂੰ। ਦੇਖੋ ਜੀ, ਹੁਣ ਅਸੀਂ ਇਹ ਪੱਲੇ ਨੂੰ ਥੋੜ੍ਹਾ ਵੱਧ ਖਿੱਚਿਆ ਹੋਇਆ ਸੀ, ਠੀਕ ਹੈ ਜੀ, ਇਹਨੂੰ ਅਸੀਂ ਕੀ ਕਰਾਂਗੇ, ਫੋਲਡ ਕਰਾਂਗੇ, ਅੱਧਾ ਫੋਲਡ, ਅੱਧੇ ਤੋਂ ਥੋੜ੍ਹਾ ਘੱਟ ਐਂਡ ਥੱਲੇ ਖਿੱਚ ਲਾਂਗੇ। ਲਓ ਜੀ, ਇਹ ਹੱਥ ਫੇਰਨ ਦੇ ਨਾਲ ਆਪਣੀ ਜਿਹੜੀ ਦਸਤਾਰ ਦੀ ਜਿਹੜੀ ਲੁੱਕ ਹੈ ਉਹ ਕਾਫੀ ਅੱਛੀ ਹੋ ਜਾਂਦੀ ਹੈ, ਪੱਲਾ ਟਿਕ ਜਾਂਦਾ ਹੈ ਐਂਡ ਜਿਹੜਾ ਜ਼ਿਆਦਾ ਖਿਚਾਅ ਵਗੈਰਾ ਪਿਆ ਹੁੰਦਾ ਉਹ ਠੀਕ ਹੋ ਜਾਂਦਾ। ਲਓ ਜੀ, ਹੋਰ ਵਧੀਆ ਅਸੀਂ ਖਰਬੂਜਾ ਲੁੱਕ ਕਰਤੀ ਹੱਥ ਪਾ ਕੇ, ਇਸੇ ਵੇਲੇ ਦੂਜੀ ਸਾਈਡ ਤੋਂ ਹਲਕੇ ਪੱਲੇ ਚੁੱਕ ਲੈਣੇ ਜੇ ਲੋੜ ਪਏ ਤਾਂ। ਠੀਕ ਹੈ ਜੀ, ਹਾਂਜੀ ਹਾਂ, ਬਿਲਕੁਲ ਕੰਫਰਟੇਬਲ, ਵਧੀਆ ਲੱਗ ਰਹੀ ਹੈ, ਠੀਕ ਹੈ। ਤੁਹਾਡੀ ਪੱਗ ਦੀ ਵੀਰ ਜੀ ਸਭ ਤੋਂ ਵੱਡੀ ਖਾਸੀਅਤ ਕੰਫਰਟੇਬਲ ਬਹੁਤ ਜ਼ਿਆਦਾ। ਚਲੋ, ਗੁਰੂ ਸਾਹਿਬ ਦੀ ਕਿਰਪਾ। ਇਹ ਐਕਚੁਅਲੀ ਜਿਹੜੇ ਟਰਬਨ ਅਸੀਂ ਬੰਨਦੇ ਹਾਂ ਇਹਨੂੰ ਡਾਕਟਰ ਟਰਬਨ ਕਹਿੰਦੇ ਆ, ਇਹ ਸਾਡੀ ਪੁਰਾਣੀ ਵੀਡੀਓ ਵੀ ਹੈਗੀ ਹੈ ਡਾਕਟਰ ਟਰਬਨ, ਤੁਸੀਂ ਦੇਖ ਸਕਦੇ ਹੋ ਉੱਥੇ ਸਾਡੇ ਚੈਨਲ 'ਤੇ ਸਰਚ ਕਰੋ, ਯੂਟਿਊਬ 'ਤੇ ਸਿੱਧਾ ਸਰਚ ਕਰ ਸਕਦੇ ਡਾਕਟਰ ਟਰਬਨ DR.Turban, ਅਤੇ ਉਹ ਮੇਰੇ ਵੀਰਾਂ ਨੇ ਕਾਫੀ ਉਹਨੂੰ ਬਣਾ ਦਿੱਤਾ ਕਿ ਤੁਸੀਂ ਆਪਣੇ ਆਪ ਨੂੰ ਡਾਕਟਰ ਟਰਬਨ ਕਿਉਂ ਕਹਿੰਦੇ ਹੋ, ਕਿ ਆਪਣੇ ਟਰਬਨ ਦਾ ਡਾਕਟਰ ਕਹਿੰਦੇ ਹੋ, ਉਹਦਾ ਮਤਲਬ ਇਹ ਨਹੀਂ ਸੀ। ਡਾਕਟਰ ਟਰਬਨ ਇਜ਼ ਅ ਵੇ ਹਾਊ ਟੂ ਟਾਈ ਅ ਟਰਬਨ ਇਨ ਅ ਕੰਫਰਟੇਬਲ ਵੇ, ਠੀਕ ਹੈ, ਸਭ ਤੋਂ ਸੌਖਾ ਤਰੀਕਾ ਜਿਹੜਾ ਹੈ ਪੱਗ ਨੂੰ ਬੰਨਣ ਦਾ ਆਸਾਨ ਵੇ, ਉਹਨੂੰ ਕਹਿੰਦੇ ਨੇ ਡਾਕਟਰ ਟਰਬਨ। ਉਹ ਕੋਈ ਵੀ ਪੱਗ ਹੋ ਸਕਦੀ, ਚਾਹੇ ਮੋਰਨੀ ਹੋਵੇ, ਚਾਹੇ ਪਟਿਆਲਾ ਸ਼ਾਹੀ ਹੋਵੇ, ਚਾਹੇ ਦੁਮਾਲਾ ਸਾਹਿਬ ਹੋਵੇ, ਉਹ ਇੱਕ ਵੇ ਹੈ ਕਿ ਦਸਤਾਰ ਜਿਹੜੀ ਸਿਰ 'ਤੇ ਚੁਭੇਗੀ ਨਹੀਂ।
ਸਿਰ ਢੱਕਣਾ ਅਸੀਂ ਅੱਗ ਤੋਂ ਜਿਹੜਾ ਰਿੰਕਲ ਪੈ ਜਾਂਦਾ ਇੱਥੋਂ ਆਹ ਜਿਹੜਾ ਵੱਟ ਜਾ ਇੱਥੋਂ ਹੀ ਫੜ ਲੈਣਾ ਇਹਨੂੰ ਖੋਲ੍ਹ ਕੇ ਅੰਦਰ ਫੋਲਡ ਕਰ ਲਿਆ ਡਬਲ ਕਰ ਲੈਣਾ ਇਹਨੂੰ ਲਓ ਜੀ ਡਬਲ ਹੋ ਗਿਆ ਖਿਲਾ ਲੈਣਾ ਸਿਰ ਤੋਂ ਵੱਧ ਖਿਲਾਰਨਾ ਹਲਕਾ ਜਿਹਾ ਪਿੱਛੋਂ ਪੱਲਾ ਹਲਕਾ ਜਿਹਾ ਖਿੱਚ ਲਵਾਂਗੇ ਐਂਡ ਸਾਈਡ 'ਤੇ ਫਿੱਟ ਕਰਨਾ ਸ਼ੁਰੂ ਕਰਨਾ ਜੇ ਤੁਸੀਂ ਆਪਣੇ ਹੱਥਾਂ ਦੀ ਮਿਹਨਤ ਲਾਓਗੇ ਸਿਰ ਢੱਕਣ ਵੇਲੇ ਤਾਂ ਇਟਸ ਮੱਚ ਬੈਟਰ ਮਤਲਬ ਕਿ ਚੰਗੀ ਗੱਲ ਹੈ ਤੁਹਾਨੂੰ ਪਤਾ ਲੱਗਦਾ ਰਹੇਗਾ ਕਿ ਸਿਰ ਤੋਂ ਜਿਹੜਾ ਕਿਹੜੀ ਜਗ੍ਹਾ ਤੋਂ ਸਿਰ ਜਿਹੜਾ ਢੱਕਣਾ ਰਹਿ ਗਿਆ ਅਤੇ ਕਿਹੜੀ ਜਗ੍ਹਾ ਤੋਂ ਢੱਕ ਲਿੱਤਾ ਤੁਸੀਂ ਫਿਰ ਘੁੰਮ ਸਕਦੇ ਹੋ ਘੁੰਮਾ ਕੇ ਦਿਖਾਇਓ ਘੁੰਮ ਜਾਓ ਹਾਂਜੀ ਅਕੀਲਾ ਵਾਲਾ ਦੇਖੋ ਬੈਕ ਸਾਈਡ ਤੋਂ ਆ ਪੱਲੇ ਬਣ ਚੁੱਕੇ ਨੇ ਇੱਦਾਂ ਹੱਥ ਫੇਰ ਲੈਣਾ ਥੋੜ੍ਹਾ ਅੱਗੇ ਹੋ ਜਾਓ ਬਸ ਦੈਟ ਸਾਈਡ ਇਸ ਪੱਲੇ ਨੂੰ ਖਿੱਚ ਕੇ ਦੋਨੋਂ ਪਾਸੇ ਤੈਅ ਕਰ ਦੇਣਾ ਉੱਪਰ ਫੋਲਡ ਕਰ ਦਿੱਤਾ ਆਪ ਜੀ ਦੇਖ ਸਕਦੇ ਦੋ ਪੱਲੇ ਇੱਧਰੋਂ ਬਣ ਚੁੱਕੇ ਨੇ ਟੋਪ ਤੋਂ ਇਹ ਤੁਸੀਂ ਹਾਈਟ ਵੀ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਇਹਨਾਂ ਨੂੰ ਦੋ ਪੱਲੇ ਬਣਾਉਣਾ ਹੈ ਇਹਨਾਂ ਤੁਸੀਂ ਹਾਈਟ ਵੀ ਕਰ ਸਕਦੇ ਹੋ ਪਰ ਇੰਨੀ ਜ਼ਿਆਦਾ ਹਾਈਟ ਕਰਨ ਦੀ ਲੋੜ ਨਹੀਂ ਹੈ ਹਾਂਜੀ ਹੈਵ ਅ ਸੀਟ ਬੈਠੋ ਹਾਂਜੀ ਹਜੇ ਵੀ ਆਪਣੀ ਦਸਤਾਰ ਸਾਰੀ ਕੰਪਲੀਟ ਕਰਨ ਤੋਂ ਬਾਅਦ ਹਲਕੀ ਜਿਹੀ ਪੱਗ ਟੇਢੀ ਹੈ ਅਤੇ ਆਪਾਂ ਇਹਨੂੰ ਬਿਲਕੁਲ ਸੈਂਟਰ 'ਚ ਕਰਾਂਗੇ ਕਿੱਦਾਂ ਪੱਗ ਨੂੰ ਹਲਕਾ ਘੁੰਮਾ ਕੇ ਹਾਂਜੀ ਦੱਸੋ ਜੀ ਕਿਹੜੀ ਸਾਈਡ 'ਚ ਘੁੰਮਾਈਏ ਰਾਈਟ ਕਿ ਲੈਫਟ ਕਮੈਂਟ ਕਰਨਗੇ ਫੇਰ ਹੀ ਕਰੂੰਗਾ ਠੀਕ ਹੈ ਹਾਂਜੀ ਹਲਕੀ ਲੈਫਟ ਸਾਈਡ 'ਤੇ ਘੁੰਮਾਵਾਂਗੇ ਲਓ ਜੀ ਦਸਤਾਰ ਆਪਣੀ ਰੈਡੀ ਫੇਸ ਥੱਲੇ ਕਰੋ ਹਲਕਾ ਜਿਹਾ ਲਓ ਜੀ ਇਸ ਚੀਜ਼ ਨੂੰ ਅਸੀਂ ਕਹਿੰਦੇ ਖਰਬੂਜਾ ਲੁੱਕ ਠੀਕ ਹੈ ਜੀ ਖਰਬੂਜਾ ਲੋਕ ਤੁਹਾਨੂੰ ਸਮਝ ਲੱਗ ਗਈ ਹੋਣੀ ਕਿ ਖਰਬੂਜਾ ਇਹਨੂੰ ਕਿਉਂ ਕਹਿੰਦੇ ਨੇ ਕਿਉਂਕਿ ਇੱਦਾਂ ਇੱਧਰ ਧਾਰੀਆਂ ਇੱਧਰੋਂ ਇਹ ਤਾਂ ਇਸੇ ਤਰੀਕੇ ਨਾਲ ਧਾਰੀਆਂ ਇੱਧਰੋਂ ਠੀਕ ਹੈ ਜੀ ਕਵਰ ਜੋਰ ਕੱਟ ਹੇਅਰ ਹੈਡ ਹਾਂਜੀ ਹਾਂ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਹੁਣ ਇਹ ਗੱਲ ਯਾਦ ਰੱਖਿਆ ਕਰੋ ਕਿਉਂਕਿ ਇਸੇ ਸਿਰਾਂ ਦੇ ਮੁੱਲ ਪੈਂਦੇ ਰਹੇ ਨੇ ਸਰਦਾਰੀ ਬਹੁਤ ਮੁਸ਼ਕਿਲ ਮਿਲਦੀ ਆ ਚਲੋ ਇਟਸ ਅ ਗੁੱਡ ਥਿੰਗ ਕਿ ਦਸਤਾਰ ਦੇ ਸਜਾ ਕਰੋ ਚੰਗੀ ਗੱਲ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਸਾਡੀ ਜਿਹੜੀ ਵੀਡੀਓ ਦੇਖਣ ਦਾ ਅਤੇ ਕੋਸ਼ਿਸ਼ ਕੀਤੀ ਹੈ ਕਿ ਜਲਦੀ ਬਣੀਏ ਪਰ ਟਾਈਮ ਕਾਫੀ ਲੱਗ ਗਿਆ ਤੁਹਾਡਾ ਸਾਰਿਆਂ ਕਾਫੀ ਟਾਈਮ ਲੈ ਲਿੱਤਾ ਹੈ ਥੈਂਕਸ ਫੋਰ ਵਾਚਿੰਗ ਐਵਨ ਟਰਬਨ ਟ੍ਰੇਨਿੰਗ ਸੈਂਟਰ ਇਸੇ ਤਰੀਕੇ ਨਾਲ ਅਸੀਂ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ ਆਉਂਦੇ ਰਹਾਂਗੇ ਉਨੀ ਦੇਰ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕਸ ਫੋਰ ਵਾਚਿੰਗ